ਅਸੀਂ ਇਕੱਲੇ ਇੱਥੇ ਨਹੀਂ, ਅਸੀਂ ਆਲ ਓਵਰ ਪੰਜਾਬ ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਕਿ ਇੱਥੇ ਮੀਟਿੰਗ ਦੀ ਜ਼ਰੂਰਤ ਹੈ, ਅਸੀਂ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਮੀਟਿੰਗਾਂ ਕਰ ਰਹੇ ਹਾਂ। ਮੀਟਿੰਗਾਂ ਕਰਨ ਦਾ ਜਿਹੜਾ ਕਾਰਨ ਕੀ ਹੈ, SKM ਨੋਨ ਪੋਲੀਟੀਕਲ ਇਹ ਮਹਿਸੂਸ ਕਰਦਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਅਧੂਰੀਆਂ ਪਈਆਂ ਮੰਗਾਂ ਉਹ ਲਾਗੂ ਕਰਵਾਉਣੀਆਂ, ਜਿਹੜੀਆਂ ਸਾਡੇ ਨਾਲ ਕਮਿਟਮੈਂਟ ਕੀਤੀਆਂ ਚੋਣਾਂ ਦੇ ਦੌਰਾਨ ਮੋਦੀ ਜੀ ਨੇ, ਉਹ ਉਹਨਾਂ ਤੋਂ ਲਾਗੂ ਕਰਵਾਉਣਾ। ਚੋਣਾਂ ਨੇੜੇ ਆ ਗਈਆਂ, ਕੱਲ੍ਹ ਨੂੰ ਮੋਦੀ ਜੀ ਪੱਲਾ ਛਿੜਾ ਕੇ ਨਿਕਲ ਗਿਆ ਤੇ ਕਿਹਦੇ ਜਾ ਕੇ ਬਾਂਹ ਫੜਾਂਗੇ ਅਸੀਂ, ਇੱਕ ਗੱਲ। ਚਲੋ ਇਹਨਾਂ ਮੰਗਾਂ ਤੋਂ ਉਹਨੂੰ ਅਸੀਂ ਅੱਗੇ ਅੱਗੇ ਪਿੱਛੇ ਵੀ ਹੋ ਸਕਦੀਆਂ ਹੁੰਦੀਆਂ ਨੇ। ਸਭ ਤੋਂ ਇੰਪੋਰਟੈਂਟ ਗੱਲ ਇਹਦੇ 'ਚ ਇਹ ਹੈ ਕਿ ਇਹਨਾਂ ਨੇ ਇਸ ਵਾਰੀ ਫੈਸਲਾ ਲੈ ਲਿਆ, ਸਰਕਾਰ ਨੇ ਬਿਲਕੁਲ ਡਿਕਟੇਟਰਸ਼ਿਪ ਵਾਲਾ ਰੂਪ ਧਾਰਦਿਆਂ, ਮੈਂ ਡਿਕਟੇਟਰਸ਼ਿਪ ਵਾਲਾ ਰੂਪ ਇਸ ਕਰਕੇ ਕਿਹਾ ਕਿ ਚੋਣਾਂ ਦੇ ਨੇੜੇ ਆ ਕੇ ਲੋਕ ਵਿਰੋਧੀ ਫੈਸਲੇ ਸਰਕਾਰਾਂ ਕਦੇ ਨਹੀਂ ਕਰਦੀਆਂ, ਲੇਕਿਨ ਇਹਨਾਂ ਨੇ ਕੀਤਾ। ਕੀ ਕੀਤਾ? ਕਿਸਾਨਾਂ ਦੀਆਂ ਪ੍ਰੋਡਕਟ ਜਿਹੜੇ ਨੇ, ਡਰਾਈ ਫਰੂਟ ਦੇ ਉੱਤੋਂ ਜਿਹੜਾ ਇੰਪੋਰਟ ਡਿਊਟੀ ਸੀ ਉਹ ਰਿਡਿਊਸ ਕੀਤੀ, ਚਣੇ ਦੀ ਦਾਲ ਤੋਂ, ਕਣਕ ਤੋਂ ਇੰਪੋਰਟ ਡਿਊਟੀ ਕਿਸੇ ਤੋਂ ਰਿਡਿਊਸ ਕੀਤੀ ਜਾ ਰਹੀ ਹੈ ਅਤੇ ਕਣਕ ਤੋਂ ਬਿਲਕੁਲ ਰਿਮੂਵ ਕੀਤੀ ਜਾ ਰਹੀ ਹੈ। ਦੁੱਧ ਪ੍ਰੋਡਕਟਾਂ ਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ, ਪੋਲਟਰੀ ਪ੍ਰੋਡਕਟਾਂ ਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ। ਅਗਰ ਇਹ ਇੰਪੋਰਟ ਡਿਊਟੀ ਖਤਮ ਹੁੰਦੀ ਹੈ ਤਾਂ ਸਮਝੋ ਕਿ ਪੂਰੇ ਦੇਸ਼ ਦੇ ਅੰਦਰ ਇਹ ਧੰਦਾ ਕਰਨ ਵਾਲੇ ਲੋਕ, ਖੇਤੀ ਕਰਨ ਵਾਲੇ ਕਿਸਾਨ, ਜਿਹੜੇ ਕਿਸਾਨਾਂ ਨੂੰ ਭਾਰਤ ਦੇ ਵਿੱਚ ਲਗਭਗ 1.5% ਸਬਸਿਡੀ ਮਿਲਦੀ ਹੋਵੇ ਮਸਾਂ, ਉਹਨਾਂ ਦਾ ਮੁਕਾਬਲਾ ਇਨਡਾਇਰੈਕਟ ਢੰਗ ਦੇ ਨਾਲ ਉਹਨਾਂ ਕਿਸਾਨਾਂ ਨਾਲ ਕਰਵਾਉਣ ਦਾ ਯਤਨ ਹੈ ਜਿਨ੍ਹਾਂ ਨੂੰ 380% ਸਬਸਿਡੀਆਂ ਮਿਲਦੀਆਂ ਨੇ। ਤਾਂ ਇਹ ਕਿਸਾਨ ਕਦੇ ਨਹੀਂ ਕਰ ਪਾਏਗਾ। ਬਾਹਰਲਾ ਅਨਾਜ ਸਸਤਾ ਜਦੋਂ ਆ ਕੇ ਭਾਰਤ ਦੇ ਵਿੱਚ ਡਿੱਗੇਗਾ ਤਾਂ ਉਹਦੇ ਨਾਲ ਸੁਭਾਵਿਕ ਆ ਕਿ ਭਾਰਤ ਦਾ ਕਿਸਾਨਾਂ ਦੀ ਕਣਕ, ਇੱਥੋਂ ਦੀਆਂ ਦਾਲਾਂ, ਇੱਥੋਂ ਦਾ ਪੋਲਟਰੀ, ਇੱਥੋਂ ਦਾ ਡੇਅਰੀ ਪ੍ਰੋਡਕਟ, ਇਹ ਸਭ ਤੈਸ਼ ਨੈਸ਼ ਹੋਏਗਾ। ਉਹਦੇ 'ਚੋਂ ਅਸੀਂ ਸਮਝਿਆ ਸੀ ਕਿ ਫਰਵਰੀ ਦੇ ਵਿੱਚ ਇਹਨਾਂ ਨੇ ਇੰਪੋਰਟ ਡਿਊਟੀ ਖਤਮ ਕਰਨੀ ਹੈ। ਇਹ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ SKM ਨੇ ਐਲਾਨ ਕੀਤਾ ਸੀਗਾ 7 ਨਵੰਬਰ ਦੀ ਮੀਟਿੰਗ ਦੇ ਵਿੱਚ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਦਿੱਲੀ ਦੇ ਵਿੱਚ ਫਰਵਰੀ ਦੇ ਵਿੱਚ ਇੱਕ ਵੱਡੀ ਲੜਾਈ ਲੜਾਂਗੇ। ਉਹ ਸਾਡੀ ਕੌਲ ਨੂੰ ਠੀਕ ਮੰਨਦਿਆਂ ਸਾਡੇ ਨਾਲ ਉੱਤਰੀ ਭਾਰਤ ਦੇ ਵਿੱਚ ਜਿਹੜੀਆਂ ਗੈਰ ਰਾਜਨੀਤਿਕ ਰਹਿ ਕੇ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਜਿੰਨੀਆਂ ਕੁ, ਉਹ 18 ਕੁ ਜਥੇਬੰਦੀਆਂ ਨੇ ਫਿਰ ਇਕੱਠੇ ਹੋ ਕੇ ਸਾਡੇ ਨਾਲ ਤਾਲਮੇਲ ਬਣਾਇਆ ਕਿ ਵੀ ਅਸਾਂ ਹੀ ਤੁਹਾਡੀਆਂ ਇਹਨਾਂ ਮੰਗਾਂ ਦੇ ਨਾਲ ਤੁਹਾਡੇ ਨਾਲ ਅਸੀਂ ਵੀ ਸਮਰਥਨ ਕਰਦੇ ਹਾਂ। ਚਲੋ ਸਮਰਥਨ ਕਰਦੇ ਹਾਂ ਤਾਂ ਤਾਲਮੇਲਵੇਂ ਪ੍ਰੋਗਰਾਮ ਦੇ ਵਿੱਚ ਸਾਡੇ ਸ਼ਾਮਿਲ ਹੋਈਆਂ। ਉਹਦੇ 'ਚੋਂ ਅਸੀਂ ਰੱਖਿਆ ਹੋਇਆ ਸੀ ਪਹਿਲਾਂ ਹੀ ਕਿ ਪੂਰੇ ਭਾਰਤ ਦੇ ਵਿੱਚ ਅਸੀਂ 22 ਵੱਡੀਆਂ ਕਾਨਫਰੰਸਾਂ ਲੋਕਾਂ ਨੂੰ ਇਕੱਠੇ ਕਰਕੇ ਪਹਿਲਾਂ ਅਵੇਅਰ ਕਰਾਂਗੇ, ਗਰਾਊਂਡ ਤਿਆਰ ਕਰਾਂਗੇ, ਫਿਰ ਦਿੱਲੀ ਵੱਲ ਕੂਚ ਕਰਾਂਗੇ। ਦਿੱਲੀ ਮੋਰਚਾ ਲਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਦੁਬਾਰਾ। ਜੇਕਰ ਮੰਗਾਂ ਅਸਲੀਅਤ ਦੇ ਵਿੱਚ ਨਹੀਂ ਮੰਨੀਆਂ ਗਈਆਂ ਸੀ ਤਾਂ ਜਿਹੜਾ ਮੋਰਚਾ ਚੱਕਣ ਦੀ ਇੰਨੀ ਕਾਹਲੀ ਕੀ ਪੈ ਗਈ ਸੀ ਉਸ ਵਕਤ? ਪਹਿਲੇ ਸਾਡਾ ਦਿੱਲੀ 'ਚ ਮੋਰਚਾ ਚੱਲਦਾ ਸੀ, ਉਸ ਵੇਲੇ ਕਿਸਾਨਾਂ ਦਾ ਦਬਾਅ ਪੂਰਾ ਬਣਿਆ ਹੋਇਆ ਸੀ ਸਰਕਾਰ 'ਤੇ। ਸਰਕਾਰ ਦੀਆਂ ਅੱਗੇ ਚੋਣਾਂ ਦੇ ਵਿੱਚ ਆ ਕੇ ਸਰਕਾਰ ਨੂੰ ਲੱਗਦਾ ਸੀਗਾ, BJP ਨੂੰ ਖਾਸ ਕਰਕੇ, ਕਿ ਸਾਡਾ ਗ੍ਰਾਫ ਆਏ ਦਿਨ ਥੱਲੇ ਜਾ ਰਿਹਾ ਹੈ। ਔਰ ਉਹ ਥੱਲੇ ਗਿਆ ਗ੍ਰਾਫ ਉਹਨਾਂ ਨੂੰ UP ਦੀਆਂ ਚੋਣਾਂ ਦੇ ਵਿੱਚ ਵੱਡੀ ਮਾਤ ਪਾ ਸਕਦਾ ਸੀ, ਵੱਡਾ ਨੁਕਸਾਨ ਕਰ ਸਕਦਾ ਸੀ। ਉਹਦੇ 'ਚੋਂ ਫਸੇ ਹੋਏ ਸੀ, ਉਹਦੇ 'ਚੋਂ ਫਸਿਆਂ ਨੇ ਇੱਕ ਫੈਸਲਾ ਲਿਆ, ਬੜਾ ਇੰਪੋਰਟੈਂਟ ਫੈਸਲਾ ਹੈ। ਉਹਨਾਂ ਨੇ 46 ਮੁਲਕ ਇੰਡੀਆ ਦੇ ਨਾਲ ਹੋਰ ਅਟੈਚ ਕੀਤੇ ਜੋੜੇ, ਔਰ 47 ਇੰਡੀਆ ਸਮੇਤ 47 ਹੋ ਗਏ। 47 ਨੇ ਇੱਕ ਰੈਜੂਲੇਸ਼ਨ ਲੈ ਕੇ ਜਾਣ ਦਾ ਫੈਸਲਾ ਲਿਆ ਕਿ ਅਸੀਂ
ਡਬਲ ਡਿਊਟੀ ਉਹਦੇ ਵਿੱਚ ਲੈ ਕੇ ਜਾਵਾਂਗੇ ਅਤੇ ਕਹਾਂਗੇ ਕਿ ਸਾਨੂੰ ਭਾਰਤ ਦੇ ਵਿੱਚ ਜਾਂ ਇਹਨਾਂ 46 ਮੁਲਕਾਂ 'ਚ ਆਪਦੇ ਕਿਸਾਨਾਂ ਨੂੰ MSP ਦੇਣੀ ਅਲਾਊ ਕਰੋ। ਇਹਦਾ ਮਤਲਬ ਜਿੱਥੇ ਉਹ ਲੋਕ ਲੱਗਿਆ ਪਿਆ MSP ਮਿਲਣ ਕਰਕੇ, ਸਾਡੀ ਸਰਕਾਰ ਉੱਧਰ ਨੂੰ ਅਸੀਂ ਤੋਰ ਲਈ ਸੀ। ਅਤੇ ਜੇ ਮੈਨੂੰ ਪਤਾ ਹੈ ਕਿ ਸਰਕਾਰ ਉੱਧਰ ਨੂੰ ਤੁਰੀ ਸੀ ਤਾਂ ਬਾਕੀ ਲੀਡਰਾਂ ਨੂੰ ਨਹੀਂ ਪਤਾ? ਬਾਕੀਆਂ ਨੂੰ ਤਾਂ ਸਰਕਾਰ ਦੇ ਅੰਦਰਲੀਆਂ ਗੱਲਾਂ ਦਾ ਬਹੁਤ ਸਾਰੀਆਂ ਦਾ ਪਤਾ ਹੋਊਗਾ, ਕਿਉਂਕਿ ਜਿਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਉਹਨਾਂ ਤੋਂ ਸਾਰੀਆਂ ਗੱਲਾਂ ਦਾ ਪਤਾ ਹੋਏਗਾ ਨਾ ਕਿ ਸਰਕਾਰ ਕੀ ਮੂਵਮੈਂਟ ਕਰ ਰਹੀ ਹੈ। ਔਰ ਐਨ ਉਸ ਟਾਈਮ ਦੇ ਉੱਤੇ MSP ਲਏ ਬਿਨਾਂ, ਜਦੋਂ ਕਿ ਸਰਕਾਰ ਪੂਰੇ ਦਬਾਅ ਮੰਨੀ ਬੈਠੀ ਸੀ, ਉਸ ਵੇਲੇ ਚੋਣਾਂ ਦੇ ਵਿੱਚ ਭੱਜ ਕੇ ਇੱਥੇ ਆਉਣਾ, ਇਹ ਸਪਸ਼ਟ ਕਰਦਾ ਸੀ ਭਰਾਵੋ ਕਿ ਉਹਨਾਂ ਦਾ ਉਸ ਵੇਲੇ ਕਿਸਾਨੀ ਨਾਲ ਕੋਈ ਮੋਹ ਨਹੀਂ ਰਹਿ ਗਿਆ ਸੀ। ਔਰ ਉਹਨਾਂ ਦਾ ਜੇਕਰ ਉਹ ਚਾਹੁੰਦੇ ਕਿ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਮਿਲੇ, ਉਸ ਵੇਲੇ ਉਹਨਾਂ ਨੂੰ ਕੁਛ ਵੀ ਹੁੰਦਾ ਉਹਦੇ ਤੋਂ ਮਤਲਬ ਉੱਠਣਾ ਨਹੀਂ ਚਾਹੀਦਾ ਸੀ। ਜਿਹੜੇ ਉੱਥੋਂ ਉੱਠ ਕੇ ਭੱਜੇ ਨੇ, ਉਹਨਾਂ ਨੂੰ ਕਿਵੇਂ ਮੰਨੀਏ ਕਿ ਉਹ ਕਿਸਾਨੀ ਲਈ ਅੱਗੇ ਜਾ ਕੇ ਲੜਾਈਆਂ, ਸਿਰੇ ਦੀਆਂ ਸਿਰੇ ਤੱਕ ਦੀਆਂ ਲੜਾਈਆਂ ਲੜ ਲੈਣਗੇ? ਕਿਉਂਕਿ ਜਿੰਨੀ ਦੇਰ ਤੱਕ ਭਾਰਤ WTO 'ਚੋਂ ਬਾਹਰ ਨਹੀਂ ਆਉਂਦਾ, ਉਨੀ ਦੇਰ ਤੱਕ ਭਾਰਤ ਆਜ਼ਾਦ ਨਹੀਂ ਹੋ ਸਕਦਾ। ਔਰ WTO ਹੀ ਹੈ ਇੱਕ ਜਿਹੜਾ ਦਬਾਅ ਪਾ ਕੇ ਸਾਡੇ 'ਤੇ MSP ਖਤਮ ਕਰਾ ਰਿਹਾ ਹੈ। ਹੁਣ ਇਹ ਮੈਨੂੰ ਨਹੀਂ ਪਤਾ, ਇਕੱਲੇ ਨੂੰ, ਇਹ ਸਾਰਿਆਂ ਨੂੰ ਪਤਾ ਹੈ। ਔਰ ਜਦੋਂ ਉੱਧਰ ਨੂੰ ਸਰਕਾਰ ਸਾਡੀ ਤੁਰਦੀ ਹੈ, ਉਦੋਂ ਭੱਜ ਆਉਣਾ ਬੰਦਿਆਂ ਦਾ, ਉਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਇਹ MSP ਲੈਣ ਦੇ ਹੱਕ 'ਚ ਨਹੀਂ ਹੈਗੇ। ਇੱਕ ਰੈਲੀਆਂ ਹੋਈਆਂ ਨੇ ਜਿਵੇਂ ਤੁਸੀਂ ਦੱਸਿਆ, ਸਰਾਭੇ ਦੀ ਰੈਲੀ ਹੋਈ ਹੈ, ਜੰਡਿਆਲਾ ਗੁਰੂ ਦੀ ਹੋਈ ਹੈ, ਬਰਨਾਲੇ ਦੀ ਰੱਖੀ ਹੈਗੀ, ਵੱਡੇ ਇਕੱਠ ਜਿਹੜੇ ਇਹਨਾਂ ਰੈਲੀਆਂ 'ਚ ਹੋਏ ਨੇ। ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕਿਸਾਨਾਂ ਦੇ ਅਜੇ ਹਾਲਾਤ ਹੋ ਜਾਣੇ, ਇਹਨਾਂ ਨੂੰ ਧਰਨੇ ਲਾਉਣ ਵਾਸਤੇ ਬੰਦੇ ਨਹੀਂ ਲੱਗਣੇ, ਮੁੱਖ ਮੰਤਰੀ ਭਗਵੰਤ ਮਾਨ। ਹਾਂ ਦੇਖੋ, ਲੋਕਾਂ ਨੇ ਜਵਾਬ ਦੇ ਦਿੱਤਾ ਭਗਵੰਤ ਮਾਨ ਨੂੰ ਇਹਦੀ, ਇਸ ਗੱਲ ਦਾ। ਲੋਕ ਉਸ ਦਿਨ ਹੀ ਜਵਾਬ ਦੇ ਰਹੇ ਸੀ ਕਿ ਸਮਾਂ ਆਏਗਾ, ਦੱਸਾਂਗਾ, ਦੱਸਾਂਗੇ ਵੀ ਅਸੀਂ ਕਿੱਥੇ ਖੜੇ ਹਾਂ। ਭਗਵੰਤ ਮਾਨ ਵਿਚਾਰਾ ਕੀ ਇਹ ਗੱਲਾਂ ਕਰ ਸਕਦਾ ਹੈ? ਕਿਸਾਨਾਂ ਨਾਲ ਜਿੰਨੀਆਂ ਕਮਿਟਮੈਂਟਸ ਕੀਤੀਆਂ ਭਗਵੰਤ ਮਾਨ ਨੇ, ਆਉਂਦਿਆਂ ਸਾਰ ਕਿਸਾਨਾਂ ਦੇ ਖਿਲਾਫ ਫੈਸਲੇ ਲੈਣੇ ਸ਼ੁਰੂ ਕੀਤੇ, ਜਿਹੜੀਆਂ ਗੱਲਾਂ ਸਾਰੀਆਂ ਕਹਿੰਦਾ ਰਿਹਾ ਉਹ ਸਾਰੀਆਂ ਭੁੱਲ ਗਿਆ। ਇਹ ਕਹਿੰਦਾ ਰਿਹਾ ਮਾਛੀਵਾੜੇ ਜੰਗਲਾਂ ਦੀ ਰੱਖਿਆ ਕਰਨੀ, ਆਪ ਖੁਦ ਬੋਲਦਾ ਰਿਹਾ, ਸੱਤਾ 'ਚ ਆਇਆ ਤਾਂ ਉਹਦੇ ਖਿਲਾਫ ਭੁਗਤਿਆ, ਆਪਦੇ ਸੱਤਾ ਤੋਂ ਬਾਹਰ ਹੁੰਦਿਆਂ ਕਹਿੰਦਾ ਰਿਹਾ ਕਿ ਮਾਲਬਰੋਸ ਜਿਹੜੀ ਸ਼ਰਾਬ ਫੈਕਟਰੀ ਹੈ ਜੀਰੇ ਵਾਲੀ, ਉਹਦੇ ਖਿਲਾਫ ਬੋਲਦਾ ਰਿਹਾ। ਲੇਕਿਨ ਸੱਤਾ 'ਚ ਆਇਆ ਤਾਂ ਮਾਲਬਰੋਸ ਫੈਕਟਰੀ ਦੇ ਮਾਲਕ ਨੂੰ 20 ਕਰੋੜ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਅਟੈਚ ਕਰਕੇ ਉਹ ਮਾਲਬਰੋਸ ਫੈਕਟਰੀ ਦੇ ਮਾਲਕ ਨੂੰ ਦਿੱਤਾ ਇਹਨਾਂ ਨੇ। ਉਸ ਤੋਂ ਵੀ ਅੱਗੇ ਜਿਹੜਾ ਮਾਣਯੋਗ ਮੁੱਖ ਮੰਤਰੀ ਸਾਡਾ ਭਗਵੰਤ ਮਾਨ, ਇਹ ਕਹਿੰਦਾ ਰਿਹਾ ਕਿ ਅਸੀਂ ਕੰਬਾਈਨਾਂ ਦੇ ਚੜ੍ਹ ਚੜ੍ਹ ਕੇ ਬੋਲਦਾ ਰਿਹਾ, ਪਰਾਲੀ ਦੇ ਸੰਬੰਧ 'ਚ ਬੋਲਦਾ ਰਿਹਾ, ਬਹੁਤ ਕੁਛ ਕਹਿੰਦਾ ਰਿਹਾ ਕਿ ਇਹ ਕਹਿੰਦਾ ਹੁੰਦਾ ਸੀ, ਆਪਾਂ ਸੁਣਿਆ ਸਾਰਿਆਂ ਨੇ ਕਿ ਆਹ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ 'ਚ ਲਿਖਿਆ ਕਿ ਕਿਸਾਨਾਂ ਨੂੰ ਆਹ ਆਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ, ਉਹ ਸਰਕਾਰ ਨੇ ਕਰਾਈਆਂ ਨਹੀਂ, ਔਰ ਅੱਗ ਲਾਉਣ ਵਾਲੇ ਕਿਸਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ। ਉਹਦੇ ਬਿਲਕੁਲ ਜਦੋਂ ਸੱਤਾ 'ਚ ਆ ਕੇ ਬੈਠ ਗਏ ਉਹਦੇ ਉਲਟ ਜਾ ਕੇ ਇਕੱਲੇ ਕਿਸਾਨਾਂ ਦੇ ਮੁਕੱਦਮੇ ਦਰਜ ਨਹੀਂ ਕੀਤੇ, ਇੱਕ ਕਿਸਾਨ ਦੀ ਮੌਤ ਹੋਈ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਆਪਦੀ ADC ਦੇ ਖਿਲਾਫ, ਇੱਕ ਇੱਕ ਕਲਮ ਤੱਕ ਨਹੀਂ ਚੱਲੀ ਸਾਡੇ ਮੁੱਖ ਮੰਤਰੀ ਤੋਂ। ਇਕੱਲਾ ਇੱਥੇ ਨਹੀਂ ਮੁੱਕਦੀ ਗੱਲ, ਇਹ ਕਹਿੰਦਾ ਰਿਹਾ ਕਿ ਇਹ ਜਿਹੜਾ ਨਸ਼ਾ ਹੈ ਇਹ ਸਾਡੇ ਨਾਲ ਲੀਡਰਾਂ ਦੀਆਂ ਫੈਕਟਰੀਆਂ 'ਚੋਂ ਆਉਂਦਾ, ਕੋਈ ਬਾਹਰਲੇ ਮੁਲਕਾਂ ਤੋਂ ਨਹੀਂ ਆਉਂਦਾ, ਕੋਈ ਅਮਰੀਕਾ ਤੋਂ ਨਹੀਂ ਆਉਂਦਾ, ਕੋਈ ਪਾਕਿਸਤਾਨ ਤੋਂ ਨਹੀਂ ਆਉਂਦਾ, ਕਹਿੰਦਾ ਰਿਹਾ। ਲੇਕਿਨ ਸਤਾ 'ਤੇ ਆਏ ਨੂੰ 2 ਸਾਲ ਤੋਂ ਉੱਪਰ ਸਮਾਂ ਲੰਘ ਚੱਲਿਆ, ਸਤਾ 'ਤੇ ਆਉਣ ਤੋਂ ਬਾਅਦ ਕਿੰਨੀਆਂ ਫੈਕਟਰੀਆਂ ਫੜ ਲਈਆਂ, ਕਿੰਨੀ ਕਾਰਵਾਈ ਕਰ ਲਈ, ਕੀ ਕਾਰਵਾਈ ਕੀਤੀ? ਉਦੋਂ ਇਹ ਕਹਿੰਦੇ ਰਹੇ ਕਿ SSP ਜ਼ਿੰਮੇਵਾਰ ਹੋਣਾ ਚਾਹੀਦਾ ਜਦੋਂ ਬਾਹਰ ਸੀ, ਅੱਜ ਸਤਾ 'ਚ ਆ ਨਾ, ਅੱਜ ਕਿੰਨੇ SSP ਜ਼ਿੰਮੇਵਾਰ ਬਣਾਤੇ? ਤੁਸੀਂ ਦੇਖਿਆ ਇਸੇ ਤੁਹਾਡੇ ਖੇਤਰ 'ਚ, ਆਹ ਤੁਹਾਡੇ ਨਾਲ ਮਾਨਸਾ ਦੇ ਵਿੱਚ ਕਿੱਡਾ ਵੱਡਾ ਅੰਦੋਲਨ ਚੱਲਿਆ,
ਜਿਹੜਾ ਮੁੰਡਾ ਨਸ਼ਿਆਂ ਦੇ ਖਿਲਾਫ਼ ਲੜਾਈ ਲੜਦਾ ਸੀ ਉਸੇ ਦੇ ਮੁਕੱਦਮਾ ਦਰਜ ਕਰਕੇ ਅੰਦਰ ਕੀਤਾ, ਔਰ ਕਿਸੇ ਨੇ ਗੱਲ ਤੱਕ ਨਹੀਂ ਸੁਣੀ, ਲਗਾਤਾਰ ਮੋਰਚਾ ਚੱਲਿਆ। ਤੋ ਸੋ ਮੇਰਾ ਗੱਲ ਕਰਨ ਦਾ ਭਾਵ ਆ, ਉਹਨਾਂ ਗੱਲਾਂ ਤੋਂ ਸਾਰੀਆਂ ਤੋਂ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਫਿਰ ਗਏ, ਵਾਅਦੇ ਕਰ ਲਏ ਸਾਡੇ ਨਾਲ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਹੈ ਮੰਨਿਆ ਸਾਡੇ ਕੋਲ ਵੀ ਕਿਸਾਨਾਂ ਦੀ ਹੈ, ਕਿਸਾਨਾਂ ਨੂੰ ਦੇਵਾਂਗੇ। ਨਹੀਂ ਦਿੱਤੀ, ਫੈਸਲਾ ਕਰਕੇ ਕਮੇਟੀ ਬਣਾ ਕੇ ਫਿਰ ਮੁੱਕਰ ਗਿਆ। ਸਾਡੇ ਨਾਲ ਮੰਨਿਆ ਕਿ ਜਿੰਨੇ ਵੀ ਟੋਲ ਚੱਲਦੇ ਨੇ ਜਦੋਂ ਸਾਡੇ ਕਿਸਾਨਾਂ ਨੇ, ਸਾਡੇ ਆਮ ਜਨਤਾ ਨੇ, ਸਾਡੇ ਮਜ਼ਦੂਰਾਂ ਨੇ, ਸਾਡੇ ਵਪਾਰੀਆਂ ਨੇ ਆਪਦੀਆਂ ਗੱਡੀਆਂ ਦਾ ਰੋਡ ਟੈਕਸ ਭਰਿਆ ਹੋਇਆ, ਫਿਰ ਟੋਲ ਟੈਕਸ ਦਾ ਕੀ ਮਤਲਬ ਹੈ? ਮੰਨੇ ਨੇ ਸਾਡੇ ਨਾਲ, ਲੇਕਿਨ ਉਹ ਫਿਰ ਅੱਜ ਤੱਕ ਮਤਲਬ ਟੋਲ ਟੈਕਸ ਉਵੇਂ ਲੁੱਟ ਹੋ ਰਹੀ ਹੈ, ਸਗੋਂ ਲੋਕਾਂ ਦੇ ਛਿੱਤਰ ਮਾਰੇ ਜਾ ਰਹੇ ਨੇ। ਅੱਜ ਫਿਰ ਉਹ ਗੱਲਾਂ ਤੋਂ ਮੁੱਕਰੇ ਬੈਠੇ ਨੇ, ਭੱਜੇ ਬੈਠੇ ਨੇ ਉਹਨਾਂ ਗੱਲਾਂ ਤੋਂ। ਸੋ ਅੱਜ ਲੋਕ ਉਹਨਾਂ ਗੱਲਾਂ ਨੂੰ ਪਹਿਚਾਣ ਚੁੱਕੇ ਹਨ, ਲੋਕਾਂ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਚਿਹਰਾ, ਇਸ ਪਾਰਟੀ ਦਾ ਸਿਹਰਾ ਚਿਹਰਾ, ਇਸ ਸਰਕਾਰ ਦਾ ਚਿਹਰਾ ਬਿਲਕੁਲ ਸਾਫ਼ ਨਜ਼ਰ ਆ ਗਿਆ। ਲੋਕਾਂ ਨੇ ਜਵਾਬ ਆਪ ਦਿੱਤਾ ਇਹਨਾਂ ਵੱਡੀਆਂ ਰੈਲੀਆਂ ਦੇ ਵਿੱਚੋਂ ਕਿ ਭਗਵੰਤ ਮਾਨ ਜੀ ਜਿਹੜੀਆਂ ਤੂੰ ਗੱਲਾਂ ਕਰਦਾ ਹੁਣ ਤੇਰੇ ਚੁਟਕਲਿਆਂ ਨਾਲ ਗੱਲ ਨਹੀਂ ਚੱਲਣੀ, ਹੁਣ ਗਰਾਊਂਡ ਲੈਵਲ ਤੇ ਕੁਝ ਕਰਨਾ ਪੈਣਾ। ਇੱਕ ਮੁਆਵਜ਼ੇ ਦੀ ਗੱਲਬਾਤ ਕੀਤੀ ਡੱਲਵਾਲ ਸਾਹਿਬ, ਇਹ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਦਿੱਲੀ 20,000 ਦਿੰਦੇ ਹਾਂ, ਸਾਡੇ ਇਲਾਕੇ ਦੇ ਵਿੱਚ ਵੀ ਇੱਥੇ ਮੂਨਕ ਇਲਾਕੇ ਦੇ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਸੀਗੀ। ਪਿਛਲੀਆਂ ਸਰਕਾਰਾਂ ਦੇ ਵਿੱਚ ਜਿਵੇਂ ਯਾਦ ਹੋਊਗਾ ਕਾਂਗਰਸ ਵੇਲੇ 17,000 ਨਰਮੇ ਦਾ ਸ਼ਾਇਦ ਮੁਆਵਜ਼ਾ ਦਿੱਤਾ ਸੀਗਾ, ਤਾਂ ਹੁਣ ਇਹਨਾਂ ਨੇ ਜਿਹੜਾ ਮੁਆਵਜ਼ਾ ਵੀ 6,800 ਰੁਪਏ ਦਿੱਤਾ ਸਿਰਫ, ਤੇ ਦਿੱਤਾ ਵੀ ਸਿਰਫ 5 ਏਕੜ ਤੱਕ, ਭਾਵੇਂ ਉਹ 40। ਹਾਂ, ਹੁਣ ਹੁਣ ਤੁਸੀਂ ਦੇਖੋ, ਬੜੀ ਵੱਡੀ ਗੱਲ ਕੀਤਾ, ਬੜਾ ਵੱਡਾ ਸਵਾਲ ਹੈ ਇਹ। ਕਹਿੰਦੇ ਕੀ ਰਹੇ ਨੇ, ਅਸੀਂ ਕਹਿੰਦੇ ਉੱਥੇ 20,000 ਰੁਪਈਆ ਮੁਆਵਜ਼ਾ ਦੇ ਰਹੇ ਹਾਂ ਦਿੱਲੀ 'ਚ, ਇੱਥੇ ਵੀ ਦੇਵਾਂਗੇ ਕਿਹਾ ਨਾ, ਬੱਕਰੀਆਂ ਮੁਰਗੀਆਂ ਦੀ ਗੱਲ। ਇੱਥੋਂ ਤੱਕ ਵੀ ਕਿਹਾ ਕਿ ਅਸੀਂ ਕਿਸਾਨਾਂ ਨੂੰ ਦਿੱਲੀ 'ਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਦੇ ਰਹੇ, ਇਹ ਵੀ ਕਿਹਾ, ਲੇਕਿਨ ਉਹ ਵੀ ਦਿੱਤਾ ਇੱਥੇ ਕਿਸੇ ਨੂੰ? ਨਹੀਂ ਦਿੱਤਾ। ਸਵਾਲ ਆ ਮੁਆਵਜ਼ੇ ਦੀ, ਜਦੋਂ ਤੋਂ ਸਰਕਾਰ ਬਣੀ ਹੈ ਪਹਿਲੀ ਵਾਰੀ ਲੋਕਾਂ ਦਾ ਗੁਲਾਬੀ ਸੁੰਡੀ ਨੇ ਮਾਰਿਆ, ਫਿਰ ਇੱਕ ਵਾਰੀ ਲੋਕਾਂ ਦਾ ਚਿੱਟੀ ਮੱਖੀ ਨੇ ਮਾਰਿਆ, ਫਿਰ ਹੜ੍ਹ ਆ ਗਏ ਉਸ ਵਿੱਚ, ਹਾਂ ਗੜੇਮਾਰੀ ਹੋ ਕੇ ਵੱਡਾ 21 'ਚ ਨੁਕਸਾਨ ਹੋਇਆ, ਫਿਰ ਉਸ ਤੋਂ ਬਾਅਦ ਚਾਈਨਾ ਵਾਇਰਸ ਨੇ ਆ ਕੇ ਵੱਡਾ ਖੇਤਰ ਝੋਨੇ ਦਾ ਬਰਬਾਦ ਕੀਤਾ, ਲੰਪੀ ਸਕਿਨ ਆਈ, ਲੋਕਾਂ ਦੇ ਜਾਨਵਰ ਮਰੇ, ਨਹੀਂ ਦਿੱਤਾ। ਕਣਕ ਦੇ ਉੱਤੇ ਬੇਮੌਸਮੀ ਬਾਰਿਸ਼ ਪਵਾਈ ਗਈ ਔਰ ਉਹਦੇ ਨਾਲ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ, ਅਤੇ ਉਹ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਹੋਈ। ਜਦੋਂ ਇਹ ਕਹਿ ਰਹੇ ਸੀਗੇ ਕਿ ਆ ਵਿਸਾਖੀ ਵਾਲੇ ਦਿਨ ਤੁਹਾਡੀਆਂ ਖਾਤਿਆਂ 'ਚ ਪੈਸੇ ਆ ਜਾਣਗੇ, ਕਣਕ ਵੱਢੀ ਜਾਵੇ ਚਾਹੇ ਨਾ ਵੱਢੀ ਜਾਵੇ, ਇਹ ਕਿਹਾ, ਲੇਕਿਨ ਹੋਇਆ ਕੀ? ਉਹ ਵੀ ਇੱਕ ਪੰਜੀ ਨਹੀਂ ਦਿੱਤੀ ਕਿਸੇ ਨੂੰ। ਉਸ ਤੋਂ ਬਾਅਦ ਹੜ੍ਹ, ਮੈਂ ਕਹੂੰਗਾ ਆਏ ਨਹੀਂ, ਲਿਆਂਦੇ ਗਏ ਦੋ ਵਾਰੀ ਲਿਆਂਦੇ ਗਏ, ਜਾਣ ਬੁੱਝ ਕੇ ਲਿਆਂਦੇ ਗਏ, ਅਤੇ ਜਦੋਂ ਦੋ ਵਾਰੀ ਹੜ੍ਹਾਂ ਨਾਲ ਲੋਕ ਮਾਰ ਦਿੱਤੇ, ਕਿਹਾ ਮੁਰਗੀਆਂ ਦੇ ਵੀ ਪੈਸੇ ਦੇਊਂਗਾ, ਕਿਹਾ ਬੱਕਰੀਆਂ ਦੇ ਵੀ ਪੈਸੇ ਦੇਊਂਗਾ, ਯਾਰ ਤਾਂ ਇੱਥੋਂ ਘਰ ਢੱਠਿਆਂ ਦੇ ਨਹੀਂ ਦਿੱਤੇ ਗਏ, ਅਤੇ ਇੱਥੋਂ ਮਰੇ ਬੰਦਿਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਉਹ ਜਿਨ੍ਹਾਂ ਦੀ 8-8 ਫੁੱਟ ਜ਼ਮੀਨਾਂ ਹੜ੍ਹ ਰੋੜ ਕੇ ਲੈ ਗਿਆ, ਉਹਨਾਂ ਨੂੰ ਪੱਧਰ ਕਰਾਉਣ ਵਾਸਤੇ ਤੇਥੋਂ ਪੈਸੇ ਨਹੀਂ ਦਿੱਤੇ ਗਏ। ਮੈਂ ਦੇਊਂਗਾ ਆਪਦੇ ਕਿਸਾਨਾਂ ਨੂੰ, ਨਾ ਕੇਂਦਰ ਤੋਂ ਮੰਗਿਆ, ਨਾ ਆਪਦੇ ਕੋਲੋਂ ਦਿੱਤਾ ਗਿਆ, ਪੰਜਾਬ ਦਾ ਕਿਸਾਨ ਰੋਲ ਕੇ ਰੱਖਦਾ। ਸੋ ਇਹ ਨਹੀਂ ਹੈ ਆਪਾਂ ਜੇ ਇਹਦੇ 'ਤੇ ਗੱਲਾਂ ਕਰਨੀਆਂ ਤਾਂ ਭਾਵੇਂ ਘੰਟਿਆਂ ਵੱਧ ਗੱਲਾਂ ਕਰ ਸਕਦੇ ਹਾਂ। ਆ ਜਿਹੜੀ ਹਾਈਵੇ ਕੱਢਿਆ ਜਾ ਰਿਹਾ ਹੈ, ਰੋਜ਼ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਜਿੰਨੇ ਹਾਈਵੇਜ਼ ਨਿਕਲ ਰਹੇ ਨੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ, ਸਾਰਿਆਂ ਦੀ ਦਿਸ਼ਾ ਉੱਤਰ ਦੱਖਣ ਹੈ, ਨੋਟ ਕਰਕੇ ਦੇਖਿਓ। ਪੰਜਾਬ ਦੇ ਪਾਣੀ ਦਾ ਵਹਾਅ ਪੂਰਬ ਤੋਂ ਪੱਛਮ ਹੈ, ਬਿਲਕੁਲ ਉਲਟ ਦਿਸ਼ਾ 'ਚ ਹੈ। ਹੁਣ ਇਹ ਜਦੋਂ ਬੰਨ ਲੱਗ ਗਏ, ਇਹ 10,000 ਏਕੜ, 15,000 ਏਕੜ, 20,000 ਏਕੜ ਰਕਬਾ ਬਾਰਿਸ਼ਾਂ ਦੇ ਟਾਈਮ ਦੇ ਵਿੱਚ ਆ ਕੇ ਬਰਬਾਦ ਕਰਿਆ ਕਰਨਗੇ, ਮਾਰਿਆ ਕਰਨਗੇ ਲੋਕਾਂ ਦਾ, ਲੋਕਾਂ ਦੀਆਂ ਲੜਾਈਆਂ ਕਰਵਾਇਆ ਕਰਨਗੇ,
ਔਰ ਇਹਨੂੰ ਕੱਢਣ ਵਾਸਤੇ ਅਸੀਂ ਸੁਝਾਅ ਦਿੱਤਾ, ਇਹ ਸ਼੍ਰੀਮਾਨ ਜੀ ਜੇਕਰ ਤੁਹਾਡਾ ਨਹੀਂ ਸਰਦਾ, ਤੂੰ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਪੰਜਾਬ ਬਚਾਉਣਾ ਹੈ, ਤਾਂ ਕਹਿ ਇੱਕ ਵਾਰੀ ਸੈਂਟਰ ਨੂੰ ਕਿ NHA ਨੂੰ ਕਹਿ ਕਿ ਇਹਦਾ ਆਪਦਾ ਮਾਡਲ ਚੇਂਜ ਕਰੋ, ਅਗਰ ਪੰਜਾਬ ਦੇ ਵਿੱਚ ਜੇ ਨਗਾਉਣਾ ਹੈ ਤਾਂ ਸਾਰਾ ਪਿੱਲਰਾਂ 'ਤੇ ਨਗਾ ਕੇ ਲੈ ਕੇ ਜਾਓ, ਮੈਂ ਬਿਲਕੁਲ ਪੰਜਾਬ ਦੀ ਧਰਤੀ ਨਹੀਂ ਬਰਬਾਦ ਹੋਣ ਦਿਆਂਗਾ। ਦੂਜੀ ਗੱਲ ਹੈ, ਜੇਕਰ ਮੋਦੀ ਆਪਦੇ ਅਡਾਨੀਆਂ ਨੂੰ ਫਾਇਦਾ ਦੇਣ ਲਈ ਪੂਰੇ ਭਾਰਤ ਦੇ ਵਿੱਚੋਂ ਜ਼ਮੀਨਾਂ ਦਾ ਕੁਲੈਕਟਰ ਰੇਟ ਅੱਧਾ ਕਰ ਸਕਦਾ ਹੈ, ਤਾਂ ਕੀ ਸਾਡੇ ਦੇ ਸਟੇਟ ਦਾ ਮੁੱਖ ਮੰਤਰੀ ਉਹ ਸਾਰੇ ਘਾਟੇ ਪੂਰੇ ਕਰਨ ਵਾਸਤੇ ਅੱਜ ਆਪਦੇ ਕਿਸਾਨਾਂ ਨੂੰ 4 ਗੁਣਾ ਕਲੈਕਟਰ ਰੇਟ ਵਧਾ ਕੇ ਜ਼ਮੀਨਾਂ ਦਾ ਰੇਟ ਨਹੀਂ ਦਵਾ ਸਕਦਾ? ਦਵਾ ਸਕਦਾ ਨਾ, ਪਰ ਇਹ ਜੇ ਦਵਾਵੇ ਤਾਂ ਫਿਰ ਮੰਨਾਂਗੇ ਨਾ ਵੀ ਤੂੰ ਪੰਜਾਬ ਦਾ ਪੁੱਤ ਹੈ। ਨਹੀਂ ਤਾਂ ਮੇਰੇ ਮਿੱਤਰੋ, ਪਿਛਲੀਆਂ ਮੀਟਿੰਗਾਂ ਸਾਡੇ ਨਾਲ ਗੱਲ ਹੋਈ ਆ, ਉਹਦੇ 'ਚ ਕਿਹਾ ਕਹਿੰਦਾ ਜੀ ਇਹ ਨਹੀਂ ਕੀਤਾ ਜਾ ਸਕਦਾ, ਨਾ ਤਾਂ ਪਿੱਲਰਾਂ 'ਤੇ ਸੜਕ ਬਣਾਉਣ ਦੀ ਗੱਲ ਹੈ, ਨਾ ਹੀ ਕਿਸਾਨਾਂ ਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਹੈ, ਸਗੋਂ ਧੱਕੇ ਨਾਲ ਡਾਂਗ ਦੇ ਜ਼ੋਰ 'ਤੇ, ਛਿੱਤਰ ਦੇ ਜ਼ੋਰ ਦੇ ਉੱਤੇ ਲੋਕਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਅਡਾਨੀਆਂ ਅਬਾਨੀਆਂ ਦੇ ਕਬਜ਼ੇ ਦਿੱਤੇ ਜਾ ਰਹੇ। ਆਖਰੀ ਸਵਾਲ ਹੈ, 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ, ਦੇਖੋ ਸਮੇਂ ਨਹੀਂ ਹੁੰਦੇ ਹੁੰਦੇ, ਅਸੀਂ ਕਿਹਾ ਕਿ ਅਸੀਂ ਆਪਦਾ ਰਾਸ਼ਨ ਲੈ ਕੇ ਜਾਵਾਂਗੇ, ਤਿਆਰੀ ਕਰਕੇ ਜਾਵਾਂਗੇ। ਸਮਾਂ ਤਾਂ ਹੁੰਦਾ ਜੇ ਅਸੀਂ ਫਾਰਮੈਲਿਟੀ ਪੂਰੀ ਕਰਨ ਜਾਣਾ ਹੋਵੇ ਤਾਂ, ਫਾਰਮੈਲਿਟੀ ਨਹੀਂ ਪੂਰੀ ਕਰਨ ਜਾਣਾ, ਅਸੀਂ ਆਪਦੇ ਕਿਸਾਨਾਂ ਨੂੰ ਰੀਪ੍ਰਜੈਂਟ ਕਰਦੇ ਹਾਂ, ਸਾਡੇ 'ਤੇ ਇੱਕ ਜ਼ਿੰਮੇਵਾਰੀ ਬਣਦੀ ਹੈ, ਲੈਣਾ ਤਾਂ ਸਰਕਾਰ ਤੋਂ, ਦੇਣਾ ਸਰਕਾਰ ਨੇ, ਕਿਵੇਂ ਦੇਣਾ ਕੀ ਹੋਣਾ ਗੱਲਬਾਤ ਬਾਅਦ ਦੀ ਹੈ, ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਲੜਾਈ ਨੂੰ ਉਨੀ ਦੇਰ ਤੱਕ ਜਾਰੀ ਰੱਖਣ ਦਾ ਯਤਨ ਕਰ ਰਹੇ ਹਾਂ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕਰਦੀ।